ਜੋ ਸਾਡੇ ਕਿਸਾਨ ਜਾਂ ਖੇਤ ਮਜ਼ਬੂਰ ਹੋਏ ਆ ਉਹਨਾਂ ਨੂੰ ਨਾ ਤਾਂ 17 ਦਾ ਮੁਆਵਜ਼ਾ ਮਿਲਿਆ ਨਾ 18 ਦਾ ਮਿਲਿਆ, 19 ਦੀ ਤਾਂ ਗੱਲ ਹੀ ਦੂਰ ਦੀ ਰਹਿ ਗਈ। ਡੈਥਸ ਹੋ ਰਹੀਆਂ ਨੇ ਡਿਊ ਟੂ ਨਸ਼ਾ, ਉਹ ਇੱਕ ਬੜਾ ਵੱਡਾ ਮੁੱਦਾ। ਇਹ ਜੇ ਕਈ ਮੁੱਦੇ ਸਾਰੇ MLA ਸਾਹਿਬਾਨ ਚਾਹੁੰਦੇ ਆ ਕਿ ਇਹਦੇ 'ਤੇ ਡਿਸਕਸ਼ਨ ਹੋਵੇ, ਸਰਕਾਰ ਦੀ ਰਣਨੀਤੀ ਸਾਹਮਣੇ ਆਵੇ। ਜੇਲ੍ਹਾਂ 'ਚ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਜਾਣੀਆਂ, ਮਨੁੱਖੀ ਅਧਿਕਾਰਾਂ ਨੂੰ ਧੱਜੀਆਂ ਉਡਾਈਆਂ ਜਾਣੀਆਂ, ਇਹ ਸਾਰੀ ਚੀਜ਼ਾਂ ਬਾਰੇ ਅਸੀਂ ਇੱਕ ਬੜੀ ਪਾਰਦਰਸ਼ਨੀ ਡਿਸਕਸ਼ਨ ਚਾਹੁੰਦੇ ਹਾਂ ਕਿ ਲੋਕਾਂ ਦੇ ਸਾਹਮਣੇ ਸੱਚ ਸਾਹਮਣੇ ਆ। ਔਰ ਸਰਕਾਰ ਮੈਨੂੰ ਲੱਗਦਾ ਹੈ ਕਿ ਜੀ ਕਿਸੇ ਮੁੱਦੇ 'ਤੇ ਡਿਸਕਸ਼ਨ ਚਾਹ ਨਹੀਂ ਰਹੀ ਹੈ। ਕਿਸਾਨ ਖੁਦਕੁਸ਼ੀ ਰੁਕ ਨਹੀਂ ਰਹੀ, ਹੁਣ ਨਵਾਂ ਕੰਮ ਸ਼ੁਰੂ ਹੋ ਗਿਆ ਕਿ ਬੇਰੁਜ਼ਗਾਰ ਮੁੰਡੇ ਖੁਦਕੁਸ਼ੀ ਸ਼ੁਰੂ ਕਰਤੀ ਕਰਨ। ਕਿਉਂ? ਕਿਉਂਕਿ ਉਹਨਾਂ ਨੂੰ ਘਰ ਘਰ ਨੌਕਰੀ ਦਾ ਲਾਰਾ ਲਾਇਆ ਗਿਆ ਸੀ। ਜੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਜਾਂ ਲੋਕਾਂ ਦੇ ਮਨ 'ਚ ਕੋਈ ਸ਼ਿਕਵੇ ਨੇ, ਕੋਈ ਸ਼ੰਕਾ ਨੇ, ਕੋਈ ਸਵਾਲ ਨੇ, ਉਹਨਾਂ ਦੇ ਰੈਪ੍ਰਜੈਂਟੇਟਿਵ ਉਹ ਮੁੱਦੇ ਉਠਾਉਣਗੇ। ਮਗਰ ਉਹ ਮੁੱਦੇ ਤੁਸੀਂ ਤਾਂ ਉਠਾ ਸਕਦੇ ਹੋ ਜੇ ਉੱਥੇ ਹੈਲਦੀ ਡਿਸਕਸ਼ਨ ਤਾਂ ਹੋ ਸਕਦੀ ਜੇ ਸਮਾਂ ਹੋਵੇ। ਅਤੇ ਜੇ ਸਪੀਕਰ ਸਾਹਿਬ ਨੇ ਕਹਿਣਾ ਕਿ ਟਾਈਮ ਹੀ ਨਹੀਂ, ਫਿਰ ਉਹ ਮੁੱਦੇ 'ਤੇ ਗੱਲ ਆਉਂਦੀ। ਬਿਲਕੁਲ ਜੀ, ਉਹ ਵੀ ਨਹੀਂ ਦੇਖੋ, ਬਿਲਕੁਲ ਉਹ ਵੀ ਮੁੱਦੇ ਆ। ਉਹ ਅਸੀਂ ਆਲਰੇਡੀ, ਮੈਂ ਉਹੀ ਕਿਹਾ ਨਾ, ਮੈਂ ਅਸੀਂ ਪ੍ਰੈਸ ਨੋਟ ਹੀ ਦੇ ਰਹੇ ਹਾਂ, ਉਹਦੇ 'ਚ ਇਲੀਗਲ ਮਾਈਨਿੰਗ ਵੀ ਇੱਕ ਮੁੱਦਾ। ਮੈਂ ਇੱਕ ਅੱਧਾ ਮੁੱਦਾ ਮੇਰੇ ਤੋਂ ਰਹਿ ਵੀ ਗਿਆ ਹੋਣਾ, ਕਿਉਂਕਿ ਬੜੀ ਲੈਂਥੀ ਸਾਡੀ ਡਿਸਕਸ਼ਨ ਹੋਈ ਔਰ ਹਰ MLA ਸਾਹਿਬ ਇਸ ਸੋਚ ਨਾਲ ਆਇਆ ਕਿ ਯਾਰ ਅਸੀਂ ਇਹ ਗੱਲ ਕਰਨਾ ਚਾਹੁੰਦੇ। ਔਰ ਜੋ ਅਸੀਂ ਕੁੱਲ ਹਿਸਾਬ ਲਾਏ ਕਿ ਇਹਨਾਂ 'ਚ ਜੇ ਫਰੂਟਫੁਲ ਡਿਸਕਸ਼ਨ 2-2 ਘੰਟੇ ਦੀ ਮਿਲੇ ਤਾਂ ਵੀ ਤੁਹਾਨੂੰ ਮਿਨੀਮਮ ਹਫ਼ਤਾ 10 ਦਿਨ ਦਾ ਸੈਸ਼ਨ ਤਾਂ ਚਾਹੀਦਾ ਜਿੰਨੇ ਮੈਂਬਰ ਸਾਹਿਬਾਂ। ਹਾਂਜੀ, ਨਹੀਂ ਆਮ ਆਦਮੀ ਪਾਰਟੀ ਨੂੰ ਕਿਵੇਂ ਲਵਾਂਗੇ ਜੀ, ਉਹ ਤਾਂ ਕਾਂਗਰਸ ਨਾਲ ਲੜੇ। ਹਾਂਜੀ, ਅਸੀਂ ਪਹਿਲਾਂ ਵੀ ਮੈਂ ਅਤੇ ਪਰਮਿੰਦਰ ਜੀ ਨੇ ਆਲਰੇਡੀ ਇਹ ਡਿਮਾਂਡ ਰੱਖ ਚੁੱਕੇ ਹਾਂ ਕਿ 15 ਦਿਨ ਦਾ ਸੈਸ਼ਨ ਘੱਟੋ ਘੱਟ ਜ਼ਰੂਰ ਹੋਵੇ। ਮੈਂ ਤੁਹਾਨੂੰ ਮੁੱਦੇ ਦੱਸ ਰਿਹਾ, ਇੱਕ ਇੱਕ ਮੁਲਾਜ਼ਮਾਂ ਦੇ PF ਅਤੇ DA ਦੀ ਗੱਲ ਨਹੀਂ ਅੱਜ ਕੱਲ੍ਹ ਹੋ ਰਹੀ। ਮਤਲਬ ਨੌਕਰੀ ਦੀ ਭਰਤੀ, ਘਰ ਘਰ ਨੌਕਰੀ ਦੇਣੀ ਸੀ, ਨੌਕਰੀਆਂ 'ਤੇ ਤਾਂ ਬਹਿਣ ਲੱਗ ਗਿਆ, ਨੌਕਰੀ ਦਿੱਤੀ ਕਿੱਥੇ? ਫਿਰ ਇਹ ਕਹਿੰਦੇ ਇਨਵੈਸਟਮੈਂਟ ਆਈ ਹੈ, ਸਾਨੂੰ 10 ਦਿਨ ਇਨਵੈਸਟਮੈਂਟ ਆਈ ਕਿੱਥੇ? ਅਸੀਂ ਜਾ ਕੇ ਤੁਸੀਂ ਵੀ ਚੱਲੋ ਅਤੇ ਅਸੀਂ ਵੀ ਚੱਲੀਏ, ਦੇਖੀਏ ਕਿੱਥੇ ਕਿਹੜੀ ਨਵੀਂ ਇੰਡਸਟਰੀ ਲੱਗੀ ਹੈ ਪੰਜਾਬ 'ਚ। ਇੰਡਸਟਰੀ ਤਾਂ ਕੋਈ ਲਾ ਕੇ ਰਾਜੀ ਨਹੀਂ ਇੱਥੇ। ਸਪੀਕਰ ਕਹਿੰਦੇ ਨੇ ਕਿ ਸਾਡੇ ਕੋਲ ਬਿਜ਼ਨਸ ਜਿੰਨਾ ਹੈਗਾ ਅਸੀਂ ਉਨੇ ਦਿਨ ਦਾ ਹੀ ਸੈਸ਼ਨ ਬੁਲਾਵਾਂਗੇ। ਦੇਖੋ, ਬਿਜ਼ਨਸ ਉਹ ਗੱਲ ਕਰ ਰਹੇ ਆ ਜਿਹੜੇ ਬਿੱਲਾਂ ਦੀ ਉਹਨਾਂ ਨੇ ਪਾਸ ਕਰਾਉਣੇ ਆ, ਉਹ ਤਾਂ ਸਰਕਾਰ ਦੇ ਕੋਲ ਵੈਸੇ ਵੀ 78 MLA ਉਹ ਤਾਂ ਪਾਸ ਹੋ ਹੀ ਜਾਣੇ ਆ, ਮਗਰ ਹਾਊਸ 'ਚ ਇਕੱਲਾ ਬਿੱਲ ਨਹੀਂ ਪਾਸ ਕਰਾਉਣੇ। ਹਾਊਸ 'ਚ ਜੋ ਲੋਕਾਂ ਦੇ, ਜੇ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਜਾਂ ਲੋਕਾਂ ਦੇ ਮਨ 'ਚ ਕੋਈ ਸ਼ਿਕਵੇ ਨੇ, ਕੋਈ ਸ਼ੰਕਾ ਨੇ, ਕੋਈ ਸਵਾਲ ਨੇ, ਉਹਨਾਂ ਦੇ ਰੈਪ੍ਰਜੈਂਟੇਟਿਵ ਉਹ ਮੁੱਦੇ ਉਠਾਉਣਗੇ। ਮਗਰ ਉਹ ਮੁੱਦੇ ਤੁਸੀਂ ਤਾਂ ਉਠਾ ਸਕਦੇ ਹੋ ਜੇ ਉੱਥੇ ਹੈਲਦੀ ਡਿਸਕਸ਼ਨ ਤਾਂ ਹੋ ਸਕਦੀ ਜੇ ਸਮਾਂ ਹੋਵੇ। ਅਤੇ ਜੇ ਸਪੀਕਰ ਸਾਹਿਬ ਨੇ ਕਹਿਣਾ ਕਿ ਟਾਈਮ ਹੀ ਨਹੀਂ, ਫਿਰ ਉਹ ਮੁੱਦੇ 'ਤੇ ਗੱਲ ਆਉਂਦੀ ਨਹੀਂ ਔਰ ਰੌਲਾ ਪੈ ਕੇ ਕੰਮ ਮੁੱਕ ਜਾਂਦਾ। ਪਿਛਲੀ ਵਾਰ ਵੀ ਅਸੀਂ ਦੇਖਿਆ ਕਈ ਵਾਰੀ ਤੁਸੀਂ ਸਮਾਂ ਨਹੀਂ ਹੋ ਪੈਰਲਲ ਸੈਸ਼ਨ ਤੁਹਾਨੂੰ ਲਾਉਣਾ ਪਿਆ, ਤਾਂ ਅੱਗੇ ਕੀ ਕਰੋ? ਦੇਖੋ, ਅਸੀਂ ਹੋਪਫੁਲ ਹਾਂ ਕਿ ਸਪੀਕਰ ਸਾਹਿਬ ਵੀ ਪੰਜਾਬ ਦੇ ਮੁੱਦਿਆਂ ਦੇ ਬਾਰੇ ਗੰਭੀਰ ਨੇ। ਸਰਕਾਰ ਵੀ ਮੈਂ ਮਹਿਸੂਸ ਕਰਦਾ, ਮੈਂ ਆਸ ਹੀ ਕਰ ਸਕਦਾ ਕਿ ਉਹ ਵੀ ਇਹਨਾਂ ਮੁੱਦਿਆਂ 'ਤੇ ਆਪਣਾ ਪੱਖ ਦੱਸਣਾ ਚਾਹੂਗੀ। ਮਗਰ ਜੇ ਉਹ ਨਹੀਂ ਇਹਨਾਂ ਮੁੱਦਿਆਂ 'ਤੇ ਆਉਂਦੇ, ਫਿਰ ਉਹ ਵੀ ਲੋਕਾਂ ਦੇ ਸਾਹਮਣੇ ਆਊਗਾ। ਅਸੀਂ ਤਾਂ ਆਪਦੀ ਜਾ ਕੇ ਐਜ਼ MLA ਆਪਦੀ ਗੱਲ ਰੱਖ ਸਕਦੇ ਹਾਂ, ਬਾਕੀ ਤਾਂ
ਸੁਭਾਵਿਕ ਹੈ, ਉੱਥੇ ਸਰਕਾਰ ਨੇ ਜੋ ਕਰਨਾ ਲੋਕਾਂ ਦੇ ਸਾਹਮਣੇ ਆ ਜਾਣਾ। ਮੈਂ ਲਾਅ ਐਂਡ ਆਰਡਰ ਦੀ ਉਸੇ ਮੈਂ ਗੱਲ ਤੋਂ ਸ਼ੁਰੂ ਕੀਤਾ ਜੀ ਕਿ ਉਹ ਜਸ਼ਨ ਤੇ ਹਸਨ ਉਹਨਾਂ ਦੋਵੇਂ ਨੌਜਵਾਨਾਂ ਦੀ ਵੀ ਅਸੀਂ ਗੱਲ, ਉਹ ਇਕੱਲੇ ਉਹਨਾਂ ਦੋਵਾਂ ਦੀ ਨਹੀਂ ਜੀ, ਉਹ ਜੇ 7-8 ਕੇਸ ਉਹ ਇੱਕ ਦਿਨ 'ਚ ਹੋਏ। ਔਰ ਤੁਸੀਂ ਵੇਖੋ ਅੱਜ ਉਹਨਾਂ ਮਾਪਿਆਂ, ਜਦ ਬੱਚਿਆਂ ਨੂੰ ਇਸ ਤਰ੍ਹਾਂ ਇਹ ਕਦੇ ਸੁਣਿਆ ਨਹੀਂ ਸੀ ਜੀ ਕਿ ਦਿਨ ਦਿਹਾੜੇ ਬੱਚੇ ਇਸ ਤਰ੍ਹਾਂ ਚੁੱਕੇ ਜਾ ਰਹੇ ਔਰ ਵੱਡੀ ਗਿਣਤੀ 'ਚ, ਔਰ ਸਰਕਾਰ ਸੁੱਤੀ ਪਈ ਹੈ, ਪੁਲਿਸ ਨੂੰ ਪਤਾ ਹੀ ਕੁਛ ਨਹੀਂ। ਇਹ ਲਾਅ ਐਂਡ ਆਰਡਰ ਦੇ ਵਿੱਚ ਹੀ ਸਾਰਾ ਕੁਛ ਆ ਰਿਹਾ। ਇਹ ਜੇਲ੍ਹ 'ਚ ਜੋ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਉਹ ਵੀ ਲਾਅ ਐਂਡ ਆਰਡਰ ਦਾ ਮੁੱਦਾ। ਬਿਜਲੀ ਇੱਕ ਬੜਾ ਵੱਡਾ ਮੁੱਦਾ, ਬਿਜਲੀ ਦੇ ਵਧੇ ਰੇਟ ਇੱਕ ਬਹੁਤ ਵੱਡਾ ਮੁੱਦਾ। ਜਿਸ ਤਰੀਕੇ ਨਾਲ SC ਭਾਈਚਾਰੇ, BC ਭਾਈਚਾਰੇ ਨੂੰ ਜੋ ਪ੍ਰੋਮਿਸਿਸ ਹੋਏ ਸੀ ਬਿਜਲੀ ਦੇ ਮੁੱਦੇ 'ਤੇ, ਉਹਨਾਂ ਨੂੰ ਬਿਜਲੀ ਨਹੀਂ ਪਹੁੰਚ ਰਹੀ। ਫਿਰ ਉਹਨਾਂ ਤੋਂ ਜੋ ਸ਼ਰਤਾਂ ਰੱਖੀਆਂ ਜਾਂਦੀਆਂ, ਇਸ ਲਈ ਮੈਂ ਵਾਰ ਵਾਰ ਕਹਿ ਰਿਹਾ ਕਿ 2 ਮਿੰਟ 'ਚ ਸਾਰੇ ਮੁੱਦੇ ਦੱਸਦੇ ਨੇ। ਅਸੀਂ ਲਿਖਤੀ ਪੜ੍ਹਤੀ ਸਪੀਕਰ ਸਾਹਿਬ ਕੋਲ ਸਾਰੇ ਮੁੱਦੇ ਲੈ ਕੇ ਚੱਲੇ ਹਾਂ, ਔਰ ਉਹ ਐਜੂਕੇਸ਼ਨ ਤੋਂ ਲੈ ਕੇ, ਹੈਲਥ ਤੋਂ ਲੈ ਕੇ, ਇਨਫਰਾਸਟ੍ਰਕਚਰ ਤੋਂ ਲੈ ਕੇ, ਨੌਕਰੀ ਤੋਂ ਲੈ ਕੇ, ਆ ਹੜ੍ਹਾਂ ਦੀ ਗੱਲਾਂ ਤੋਂ ਲੈ ਕੇ, ਮੁਆਵਜ਼ੇ ਦੀ ਗੱਲ ਤੋਂ ਲੈ ਕੇ, ਲਾਅ ਐਂਡ ਆਰਡਰ ਦੀ ਗੱਲ 'ਤੇ ਮੁੱਦੇ ਅਨੇਕ ਨੇ। ਸਾਨੂੰ ਇਹ ਦੱਸ ਦੇਣ ਕਿ ਕਦੋਂ ਟਾਈਮ ਦੇ ਰਹੇ ਆ, ਕਿਉਂਕਿ ਆਪਾਂ ਆਲਰੇਡੀ 6 ਮਹੀਨੇ ਬਾਅਦ ਇਕੱਠੇ ਹੋ ਰਹੇ ਹਾਂ, ਔਰ ਜੇ 6 ਮਹੀਨੇ ਬਾਅਦ ਵੀ ਸਰਕਾਰ ਨੇ ਕੋਈ ਇੱਕ ਤਰਫਾ ਹੀ ਫੈਸਲਾ ਬੁਲਾ ਕੇ, ਸੈਸ਼ਨ ਬੁਲਾ ਕੇ ਉਠਾ ਦੇਣਾ, ਉਹ ਵੀ ਲੋਕਾਂ ਦੇ ਸਾਹਮਣੇ ਆਊਗੀ। ਚੱਲ ਬਿਲਕੁਲ ਚੱਕਿਆ ਜਾਊਗਾ ਜੀ, ਉਹਦੇ 'ਚ ਤਾਂ ਆਨਰੇਬਲ ਜੱਜ ਸਾਹਿਬ ਨੇ ਵੀ ਕਿਹਾ, ਜਦੋਂ ਸਰਕਾਰ ਦੀ ਪਟੀਸ਼ਨ ਉੱਥੇ ਡਿਸਮਿਸ ਹੋਈ ਹੈ CBI ਕਲੋਜ਼ਰ ਰਿਪੋਰਟ 'ਚ, ਉਹ ਕਹਿੰਦੀ ਤੁਸੀਂ ਕੀ ਕਰ ਰਹੇ ਸੀ ਪਿਛਲੇ 4 ਸਾਲਾਂ ਦੇ, ਕਿ ਤੁਸੀਂ ਕਦੇ CBI ਨੂੰ ਅਪਰੋਚ ਕੀਤਾ? ਜਵਾਬ ਉਹਨਾਂ ਦਾ ਸਾਹਮਣੇ ਸੀ। ਸੋ ਸਰਕਾਰ ਨੂੰ ਕਈ ਮੁੱਦਿਆਂ 'ਤੇ ਜਵਾਬ ਦੇਣਾ ਪੈਣਾ, ਔਰ ਉਹਨਾਂ ਦੀ ਪਟੀਸ਼ਨ ਡਿਸਮਿਸ ਹੋਣੀ ਵੀ ਇੱਕ ਉਹਦਾ ਸਾਫ਼ ਸੰਕੇਤ ਸੀ। ਇਸ ਲਈ ਜੋ, ਔਰ ਬੜੀ ਵੱਡੀ ਇੱਕ ਤੁਹਾਡੀ ਅੰਗਰੇਜ਼ੀ ਅਖਬਾਰ ਨੇ ਵੀ ਖਬਰ ਲਾਈ ਸੀ ਕਿ 4 ਇਨਕੁਆਇਰੀਆਂ ਐਂਡ ਸਟਿਲ ਡੈਡ ਐਂਡ। ਸੋ ਇਹ ਮੈਂ ਵਾਰ ਵਾਰ ਕਹਿ ਰਿਹਾ, ਕਿਉਂਕਿ ਇਹ ਮੁੱਦੇ ਕੀ ਸਿਆਸਤ ਹੀ ਚੱਲ ਰਹੀ ਹੈ, ਕਿ ਭੰਬਲ ਭੂਸਾ ਹੀ ਪਾਉਣਾ ਹਰ ਗੱਲ 'ਤੇ, ਔਰ ਜੇ ਸੈਸ਼ਨ ਨਹੀਂ ਵੱਧਦਾ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਸਥਿਤੀ ਸਪਸ਼ਟ ਹੋ ਜੂ ਕਿ ਇੱਥੇ ਸਿਰਫ ਭੰਬਲ ਭੂਸਾ ਪੈਣਾ, ਇੱਥੇ ਸਿਰਫ ਅਤੇ ਸਿਰਫ ਲੋਕਾਂ ਨੂੰ ਡਾਕ 'ਚ ਰੱਖ ਕੇ ਕਿਸੇ ਮੁੱਦੇ 'ਤੇ ਡਿਸਕਸ਼ਨ ਗੰਭੀਰਤਾ ਨਾਲ ਸਰਕਾਰ ਨਹੀਂ ਕਰਾਉਂਦੀ। ਸਰਪੰਚ ਸਿੰਘ ਨੂੰ ਖੇਡ ਰਤਨ ਦੀ ਸਿਫਾਰਿਸ਼ ਕੀਤੀ ਸੀ ਪੰਜਾਬ ਸਰਕਾਰ ਨੇ, ਕੇਂਦਰ ਸਰਕਾਰ ਨੇ ਰੱਦ ਕਰ ਦਿੱਤੀ ਮੰਗ ਖੇਡ ਰਤਨ ਨੂੰ ਆਉਣ ਨਹੀਂ ਦੇਣ ਦਾ ਫੈਸਲਾ। ਕਿਹਨਾਂ ਨੇ ਜੀ ਸਿਫਾਰਿਸ਼ ਕੀਤੀ ਸੀ ਪੰਜਾਬ ਸਰਕਾਰ? ਕਿਹਨਾਂ ਦੀ? ਹਰਭਜਨ ਸਿੰਘ ਸਰਕਾਰੀ ਨੇ, ਆਪਣੇ ਕ੍ਰਿਕਟ ਦੇ ਜੀ। ਇਹ ਜ਼ਰੂਰ ਮਿਲਣਾ ਚਾਹੀਦਾ ਜੀ, ਜਿਨ੍ਹਾਂ ਨੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਮੈਂ ਇੱਕ ਖਿਡਾਰੀ ਦੀ ਨਹੀਂ, ਮੈਂ ਤਾਂ ਕਹੂੰਗਾ ਜਿਨ੍ਹਾਂ ਨੇ ਵੀ ਦੇਸ਼ ਦਾ ਨਾਂ ਰੋਸ਼ਨ ਕੀਤਾ, ਪੰਜਾਬ ਦਾ ਨਾਂ ਰੋਸ਼ਨ ਕੀਤਾ, ਉਹਨਾਂ ਨੂੰ ਜ਼ਰੂਰ ਅਵਾਰਡ ਮਿਲਣੇ ਚਾਹੀਦੇ। ਸਰ, ਅੱਜ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਕੌਮੀ ਪ੍ਰਧਾਨਗੀ ਲਈ ਪ੍ਰਿਅੰਕਾ ਗਾਂਧੀ ਬੜੇ ਵਜ਼ਨਦਾਰ ਕਰਦਾਵਰ ਲੀਡਰ ਨੇ, ਇਸ 'ਤੇ ਕੀ ਪ੍ਰਤੀਕਿਰਿਆ ਦਿੰਦੇ? ਨਹੀਂ, ਉਹ ਦੇਖੋ ਕਾਂਗਰਸ ਦਾ ਅੰਦਰੂਨੀ ਮਾਮਲਾ ਜੀ, ਹੁਣ ਉਹਨਾਂ ਨੂੰ ਕਿਹੜੇ ਵਜ਼ਨਦਾਰ ਲੱਗਦੇ ਆ, ਚੰਗੇ ਲੱਗਦੇ, ਕੈਪਟਨ ਸਾਹਿਬ ਦੀ ਮਰਜ਼ੀ ਆ ਜੀ, ਬਾਕੀ ਤਾਂ ਲੋਕਾਂ ਨੇ ਵੇਖਣਾ ਕਿ ਵਜ਼ਨ ਹੈ ਕਿ ਨਹੀਂ ਆ। ਸਰ, ਸਤਨਾਮ ਸਿੰਘ ਨੇ ESI ਪ੍ਰਮੋਟ ਕੀਤਾ, ਸ਼ਾਇਦ ਤੁਸੀਂ ਮਾਮਲਾ ਤੁਹਾਡੇ ਧਿਆਨ ਵਿੱਚ ਹੋਵੇਗਾ, ਉਸ 'ਤੇ ਕੈਪਟਨ ਅਮਰਿੰਦਰ ਸਿੰਘ ਨੇ 10 ਸਾਲ ਅਕਾਲੀ ਸਰਕਾਰ ਇਗਨੋਰ ਕਰਦੀ ਰਹੀ, ਉਹ ਕਾਰਗਿਲ ਯੋਧੇ ਵੀਰ ਚੱਕਰ ਅਵਾਰਡੀ ਸਰ ਉਹਨਾਂ ਨੂੰ ਹੁਣ ਸਨਮਾਨ ਦਿੱਤਾ ਸੀ। ਕੀ ਜੀ? ਸਰ, ਪਰਮਵੀਰ ਚੱਕਰ ਵਿਜੇਤਾ ਇੱਕ ਫੌਜੀ ਨੇ। ਹਾਂਜੀ ਹਾਂਜੀ, ਟ੍ਰੈਫਿਕ ਦੇ ਨਾਲ ਸੀ ਪੰਜਾਬ। ਹਾਂਜੀ ਹਾਂਜੀ, ਬਹੁਤ ਚੰਗੀ ਗੱਲ ਹੈ ਜੀ। ਐਸੇ ਇਸ ਤਰ੍ਹਾਂ ਹੈ ਕਿ ਇੱਕ ਪਿਕ ਐਂਡ ਚੂਜ਼ ਨਾ ਹੋਵੇ। ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਵੇਲੇ ਵੀ ਕਈਆਂ ਨੂੰ ਪ੍ਰਮੋਸ਼ਨ ਮਿਲੀ ਸੀ, ਬੜੇ ਵੱਡੇ ਪੱਧਰ 'ਤੇ ਮਿਲੀ ਸੀ। ਜੇ ਕਿਸੇ ਦੀ ਇਹਨਾਂ ਨੇ ਕਰਤੀ, ਬਹੁਤ ਚੰਗੀ ਗੱਲ ਹੈ। ਮੈਂ ਤਾਂ ਕਹਿੰਦਾ ਕਿ ਅੱਜ ਵੀ MLA ਸਾਹਿਬ ਸਾਡੇ ਲੋਧੀ ਨੰਗਲ ਸਾਹਿਬ ਇਹੀ ਗੱਲ ਕਰ ਰਹੇ ਸੀ ਕਿ ਜਿਹੜੇ ਸਾਡੇ ਫੌਜੀ ਵੀਰ ਵੱਡੇ ਪੱਧਰ 'ਤੇ ਸ਼ਹੀਦ ਹੋ ਰਹੇ ਆ, ਸ਼ਹਾਦਤ ਦੇ ਰਹੇ ਦੇਸ਼ ਵਾਸਤੇ, ਉਹਨਾਂ ਦੀ ਰਕਮ ਵੀ ਵਧਾਈ ਜਾਣੀ ਚਾਹੀਦੀ।
ਤੇ ਅਸੀਂ ਤਾਂ ਦੇਖੋ ਸਰਕਾਰ ਆਨਗੋਇੰਗ ਪ੍ਰੋਸੈਸ ਹੁੰਦਾ ਹੈ, ਜਿਹੜੇ ਕੋਈ ਕੈਪਟਨ ਸਾਹਿਬ ਦੇ ਚੰਗੇ ਫੈਸਲੇ ਹੋਣਗੇ ਅਸੀਂ ਤਾਂ ਉਹਨਾਂ ਦੀ ਸ਼ਲਾਘਾ ਕਰਨ ਨੂੰ ਵੀ ਤਿਆਰ ਹਾਂ। ਐਜ਼ MLA ਜੋ ਚੰਗਾ ਕੰਮ ਹੈ ਚੰਗਾ ਕਵਾਂਗੇ, ਜੇ ਲਾਅ ਐਂਡ ਆਰਡਰ ਦੀ ਸਥਿਤੀ ਮਾੜੀ ਹੋਊਗੀ, ਕਿਸਾਨਾਂ ਨੂੰ ਪੁੱਛਿਆ ਨਹੀਂ ਜਾਊਗਾ, ਖੁਦਕੁਸ਼ੀਆਂ ਵਧਣਗੀਆਂ, ਬੇਰੋਜ਼ਗਾਰਾਂ ਦੀ ਖੁਦਕੁਸ਼ੀਆਂ ਸ਼ੁਰੂ ਹੋ ਜਾਣਗੀਆਂ, ਤੇ ਅਸੀਂ ਉਹ ਮੁੱਦੇ ਵੀ ਚੁੱਕਾਂਗੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।